ਨਮਸਤੇ ਸਸਰਕਾਲ ਵੈਲਕਮ ਬੈਕ ਟੂ ਕਪਲ ਇੰਸਟੀਟਿਊਟਸ YouTube ਚੈਨਲ ਹਰ ਇੱਕ ਵੀਡੀਓ ਦੀ ਤਰ੍ਹਾਂ ਅੱਜ ਦੀ ਵੀਡੀਓ ਬੜੀ ਇੰਪੋਰਟੈਂਟ ਹੈ ਐਂਡ ਆਫਕੋਰਸ ਮਕਸਦ ਇੱਕੋ ਹੀ ਹੈ ਇੱਕ ਮਕਸਦ ਹੈ ਵੀ ਕੁਝ ਇੱਕ ਪੋਜ਼ਿਟਿਵ ਚੇਂਜ ਲੈ ਕੇ ਆਇਆ ਜਾਵੇ ਕੁਝ ਜੋ ਵੀ ਗੱਲ ਹੈ ਕੁਝ ਸ਼ੇਅਰ ਕੀਤਾ ਜਾਵੇ ਐਂਡ ਇਸ ਮਾਈਂਡਨੈਸ ਆਬਜੈਕਟਿਵਨੂ ਮਾਈਂਡ ਵਿੱਚ ਰੱਖਦੇ ਹੋਏ ਆਪਣਾ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਨ ਵਾਲੇ ਹੈ ਐਂਡ ਅੱਜ ਦੀ ਵੀਡੀਓ ਆਪਣੀ ਹੈਗੀ ਇੱਕ ਨਿਊਜ਼ਪੇਪਰ ਦੇ ਆਰਟੀਕਲ ਨੂੰ ਲੈ ਕੇ ði tribune ਜੋ ਨਿਊਜ਼ਪੇਪਰ ਆਪਣੇ ਪੰਜਾਬ ਦਾ ਇੱਕ ਲੀਡਿੰਗ ਇੰਗਲਿਸ਼ ਨਿਊਜ਼ਪੇਪਰ ਹੈਗਾ ਹੈ जो एक न्यूज़ एक आई है एक पीस ऑफ न्यूज़ हैगी है वो आप इतने डिसकस करा ट्रांसलेन करा जोकैब वर्ड्स है जो कुछ थोड़े जी चैलेंजिंग है वो भी आप है डिस्कस करे हैं एंड ऑफकोर्स पॉजिटिव चेनिंग सात कुछ नव आप जो है सीखा अज्ज की वीडियो अगर वीडियो से फर्स्ट टाइम आए यूट्यूब चैनल कपिल इंस्टीट्यूट फर्स्ट टाइम आए हो सबसक्राइब करो लाइक like करो चंगा लगे जरूर शेयर करो राइट right?

affordable مطلب ਹੁੰਦਾ ਹੈ ਕਿ ਇਕਨੋਮਿਕਲ ਦੇ ਸਾਰੇ ਲੋਕੀ ਜਿਹੜੇ ਹੈਗੇ ਆ ਅਫੋਰਡ ਕਰ ਸਕਣ ਕਾਬਿਲ ਹੋਣ ਦੇ ਸਕਣ ਉਹ ਤੇ ਇਹ ਜੋ ਹੈ ਕਹਿਣਾ ਹੈ ਰੂਲ ਸੁਪਰੀਮ ਕੋਰਟ ਜੋ ਆਪਣੀ ਇੰਡੀਆ ਦੀ ਸਭ ਤੋਂ ਵੱਡੀ ਕੋਰਟ ਹੈਗੀ ਹੈ ਸੁਪਰੀਮ ਕੋਰਟ ਉਹਨਾਂ ਦਾ ਕਹਿਣਾ ਹੈ ਵੀ ਐਜੂਕੇਸ਼ਨ ਕੋਈ ਬਿਜ਼ਨਸ ਨਹੀਂ ਹੈ ਪ੍ਰੋਫਿਟ ਕਮਾਉਣ ਦੇ ਲਈ ਔਰ ਜੋ ਟਿਊਸ਼ਨ ਫੀਸ ਹੁੰਦੀ ਹੈ ਕਾਲਜਿਸ ਵਿੱਚ ਉਹ ਅਫੋਰਡੇਬਲ ਹੋਣੀ ਚਾਹੀਦੀ ਹੈ ਸੋ ਥੈਟ ਸਾਰੇ ਲੋਕੀ ਜੋ ਹੈ ਉਹ ਪੇ ਕਰ ਸਕਣ ਇਟਸ ਸੁਪਰੀਮ ਕੋਰਟ ਦਾ ਕਹਿਣਾ ਹੈ ਹੈਡਿੰਗ ਅਸ ਜੀ

24 ਲੱਖ ਐਨਮ ਐਨਮ ਹੁੰਦਾ ਹੈਗੇ ਸਾਲਾਨਾ ਬਰਕਰਾਰ ਰੱਖੇ ਸੁਪਰੀਮ ਕੋਰਟ ਨੇ ਫੈਸਲਾ ਹਾਈ ਕੋਰਟ ਦਾ ਆਂਧਰਾ ਹਾਈ ਕੋਰਟ ਦਾ ਜਿਹਦੇ ਵਿੱਚ ਆਂਧਰਾ ਹਾਈ ਕੋਰਟ ਨੇ ਕੈਨਸਲ ਕਰਤਾ ਸੀ ਕੁਐਸ਼ਿੰਗ ਹੁੰਦਾ ਹੈਗੇ ਕੈਨਸਲ ਕਰ ਦੇਣਾ ਕੀ ਕੈਨਸਲ ਕਰਤਾ ਸੀ ਆਂਧਰਾ ਹਾਈ ਕੋਰਟ ਨੇ ਜਿਹੜਾ 7 ਫੋਲਡ ਜੋ ਇਨਕਰੀਸ ਕੀਤੀ ਗਈ ਸੀ ਟਿਊਸ਼ਨ ਫੀਸ ਵਿੱਚ ਉਹਨੂੰ ਕੈਨਸਲ ਕਰਤਾ ਸਭ ਇੰਨਾ ਫੀਸ ਨਹੀਂ ਹੋਣੀ ਚਾਹੀਦੀ ਸੀ 7 ਫੋਲਡ 7 ਫੋਲਡ ਮਲੇ 7 ਗੁਣਾ ਫੀਸ ਜਾਦੇ ਕਰਨ ਦੇ ਨਾਲ ਸਾਲ ਦੀ ਫੀਸ ਜਿਹੜੀ ਬੰਦੀ ਹੈ 24 ਲੱਖ ਐਨਮ ਐਨਮ ਹੁੰਦਾ ਹੈ ਸਾਲਾਨਾ 24 ਲੱਖ ਰੁਪਏ ਸਾਲ ਦਾ ਜਿਹੜਾ ਹੈਗਾ ਬੰਦਾ ਹੈਗਾ ਸੀ ਇਹ ਅਪ ਟੂ ਸੰਧਰਾ ਹਾਈ ਕੋਰਟ ਨੇ ਕੈਨਸਲ ਕੀਤਾ ਸੀ ਔਰ ਇਹ ਚੀਜ਼ ਨੂੰ ਅਪਹੋਲਡ ਕੀਤਾ ਹੈ ਬਰਕਰਾਰ ਰੱਖਿਆ ਹੈ ਸੁਪਰੀਮ ਕੋਰਟ ਨੇ ਤੋ ਇਹ ਆਪਣੀ ਹੈਡਲਾਈਨਸ ਹੈਗੇ ਨਿਊਜ਼ ਦੀ ਤੇ ਇਹਨੂੰ ਆਪਾਂ ਫਰਦਰ ਆਪਾਂ ਰੀਡ ਕਰਦੇ ਹਾਂ ਅੰਡਰਸਟੈਂਡ ਕਰਦੇ ਹਾਂ ਇੱਕ ਇੱਕ ਵਰਡ ਇੱਕ ਇੱਕ ਸੈਂਟੈਂਸ ਨੂੰ ਰਾਈਟ ਸੋ ਨੈਕਸਟ ਆਪਣਾ ਜੋ ਫਰਸਟ ਚਾਂਦੀ ਹੈ पैराग्राफ आम सॉरी फर्स्ट जो अपना आया है रखते हुए दैट एजुकेशन इज नॉट बिजनेस टू अर्न अट बरकरार रखते हुए एजुकेशन कोई बिजनेस नहीं है जिसे आप कमाइए द सुप्रीम कोर्ट हैज रूल्ड સુપ્રીમ કોર્ટ ਨੇ ਕਿਹਾ ਹੈਗਾ એક નિર્દેશ ਦਿੱਤਾ ਹੈ ધેટ ટ્યુશન મસ્ટ ઓલવેઝ બી અફોર્ડેબલ બિજે ટ્યુશન ફીસ ਹੁੰਦੀ ਹੈ ਉਹ ਹਮੇਸ਼ਾ ਅਫੋਰਡੇਬਲ ਹੋਵੇ ਇਕਨੋਮਿਕਲ ਹੋਵੇ ਸੋ ਦੈਟ ਹਰੇਕ ਜੋ ਆਪਣੀ સોસાયਟੀ ਦਾ ਸੈਗਮੈਂਟ ਹੈਗਾ ਹੈ রাইਟ ਉਹ ਪੇ ਕਰ ਸਕਣ ਅਪ ਲੈਡ ਬਾਈ ਦਾ ਹੈਗਾ ਚੇਅਰਡ ਬਾਈ রাইਟ ਜਿਹੜਾ ਰੂਲ ਕੀਤਾ ਹੈਗਾ ਜਿਹੜਾ ਹੈਗਾ ਜਿਹੜਾ ਗਰੁੱਪ ਬਣਿਆ ਸੀ ਲੈਡ ਬਾਈ ਜਸਟਿਸ ਐਮ ਆਰ ਸ਼ਾ ਅਪਹੈਲਡ ਅਪਹੈਲਡ ਹੁੰਦਾ ਕਿਸੇ ਚੀਜ਼ ਨੂੰ ਮੇਨਟੇਨ ਕਰਨਾ ਬਰਕਰਾਰ ਰੱਖਿਆ ਬਰਕਰਾਰ ਰੱਖਿਆ ਬੈਂਚ ਨੇ ਦਾ ਆਂਧਰਾ ਪ੍ਰਦੇਸ਼ ਹਾਈ ਕੋਰਟ ਆਰਡਰ ਕੁਐਸ਼ਿੰਗ ਦਾ ਸਟੇਟ ਗਵਰਨਮੈਂਟਸ ਡਿਸੀਜਨ ਟੂ ਇਨਹਾਂਸ ਦਾ ਟਿਊਸ਼ਨ ਫੀ ਇਨ ਮੈਡੀਕਲ ਕਾਲਜਸ ਟੂ ਰੁਪੀਏ 24 ਲੱਖ ਪਰ ਐਨਮ ਰਾਈਟ ਹੁਣ ਇਹਦੇ ਵਿੱਚ ਇਹ ਕਹਿ ਰਿਹਾ ਹੈਗਾ ਵੀ ਜਿਹੜਾ ਆਂਧਰਾ ਪ੍ਰਦੇਸ਼ ਦਾ ਹਾਈ ਕੋਰਟ ਦਾ ਆਰਡਰ ਸੀ ਉਹਨੂੰ ਅਪੀਲਡ ਕੀਤਾ ਬਰਕਰਾਰ ਰੱਖਿਆ ਹੈ ਕਿ ਆਂਧਰਾ ਪ੍ਰਦੇਸ਼ ਹਾਈ ਕੋਰਟ ਦਾ ਆਰਡਰ ਕੀ ਸੀ ਵੀ ਉਹਨੇ ਕੁਐਸ਼ਿੰਗ ਕਰਤਾ ਸੀ ਕੈਨਸਲ ਕਰ ਦਿੱਤਾ ਸੀ ਕਿ ਵੀ ਸਟੇਟ ਗਵਰਨਮੈਂਟ ਦੇ ਡਿਸੀਜਨ ਨੂੰ ਤੇ ਸਟੇਟ ਜੋ ਆਂਧਰਾ ਪ੍ਰਦੇਸ਼ ਤੇ ਜੋ ਸਟੇਟ ਹੈਗੀ ਆ ਉਹਦਾ ਡਿਸੀਜਨ ਸੀ ਇਹ ਵੀ 7 ਗੁਣਾ ਜੋ ਹੈ ਫੀਸ ਵਧਾਈ ਜਾਵੇ ਰਾਈਟ ਡਿਸੀਜਨ ਨੂੰ ਐਂਡ ਕੀ ਡਿਸੀਜਨ ਸੀ ਸਟੇਟ ਗਵਰਨਮੈਂਟ ਦਾ ਟੂ ਇਨਹਾਂਸ ਇਨਹਾਂਸ ਹੁੰਦਾ ਕੋਈ ਚੀਜ਼ ਇਨਕਰੀਸ ਕਰਨੀ ਇਨਹਾਂਸ ਕਰਨਾ ਟਿਊਸ਼ਨ ਫੀਸ ਇਨਕਰੀਸ ਕੀਤੀ ਸੀ ਮੈਡੀਕਲ ਕਾਲਜਿਸ ਤੇ 24 ਲੱਖ ਰੁਪਏ ਸਾਲਾਨਾ ਇਸ ਟੰਗ ਨਾਲ ਉਹਨਾਂ ਨੇ ਸਟੇਟ ਗਵਰਨਮੈਂਟ ਆਂਧਰਾ ਪ੍ਰਦੇਸ਼ ਨੇ ਕੀਤਾ ਸੀ ਔਰ ਜੋ ਉੱਥੋਂ ਦੀ ਹਾਈ ਕੋਰਟ ਹੈਗੀ ਹੈ ਉਹਨਾਂ ਨੇ ਨਾਲ ਦੀ ਨਾਲ ਜਿਹੜਾ ਹੈਗਾ ਡਿਸੀਜਨ ਇਹ ਕੈਨਸਲ ਕੀਤਾ ਤੇ ਬਹੁਤ ਇੰਪੋਰਟੈਂਟ ਹੈ ਬਿਕੋਜ਼ ਆਪਾਂ ਦੇਖਦੇ ਹਾਂ ਆਪਣੇ ਪੰਜਾਬ ਵਿੱਚ ਵੀ ਮੈਡੀਕਲ ਜੋ ਕਾਲਜਿਸ ਹੈਗੇ ਆ ਖਾਸ ਤੌਰ ਤੇ ਜੋ ਪ੍ਰਾਈਵੇਟ ਮੈਡੀਕਲ ਕਾਲਜਿਸ ਹੈਗੇ ਆ ਉਹ ਕਾਫੀ ਆਪਣੀ ਮਨਮਾਨੀਆਂ ਜੋ ਹੈ ਦੇਖਦੇ ਆਪਾਂ ਹੁੰਦੇ ਜਾਂ ਹੁੰਦੀਆਂ ਉਹਨਾਂ ਵਿੱਚ ਤੇ ਇਸ ਤਰ੍ਹਾਂ ਦੇ ਡਿਸੀਜਨ ਨਾਲ ਜੋ ਆਮ ਜੋ ਲੋਕੀ ਹੈਗੀ ਹੈ ਜੋ ਫੀਸ ਕਰਕੇ ਜਿਹੜੇ ਹੈਗੇ ਨਹੀਂ ਜ਼ਿਆਦਾ ਫੀਸ ਕਰਕੇ ਪਿੱਛੇ ਰਹਿ ਜਾਂਦੇ ਆ ਆਪਣਾ ਜੋ ਸੁਪਨਾ ਹੈਗਾ ਮੈਡੀਕਲ ਪਾਲਿਸੀ ਜੁਆਇਨ ਕਰਨ ਦਾ ਪੂਰਾ ਨਹੀਂ ਕਰ ਪਾਉਂਦੇ ਇਹ ਡਿਸੀਜਨ ਬਹੁਤ ਉਨ੍ਹਾਂ ਲਈ ਹੈਲਪਫਲ ਰਹੂਗਾ ਬਹੁਤ ਹੀ ਉਨ੍ਹਾਂ ਦੇ ਹੱਕ ਵਿੱਚ ਜਿਹੜਾ ਹੈਗਾ ਡਿਸੀਜਨ ਹੋਇਆ ਤਾਂ ਬਹੁਤ ਹੀ ਅੱਛਾ ਡਿਸੀਜਨ ਹੋਇਆ ਖੈਰ ਆਪਾਂ ਨੈਕਸਟ ਦੇਖੀਏ ਆਪਣੀ ਪੁਆਇੰਟ ਸਿੰਗ ਨੈਕਸਟ ਪੈਰਾਗ੍ਰਾਫ ਆਪਾਂ ਡਿਸਕਸ ਕਰੀਏ ਟੂ ਇਨਹਾਂਸ ਇਨਹਾਂਸ ਹੁੰਦਾ ਇਨਕਰੀਸ ਕਰਨਾ ਟੂ ਇਨਹਾਂਸ ਦਾ ਫੀ ਟੂ ਰੁਪੀਸ 24 ਲੱਖ ਪਰ ਐਨਮ ਵੀ ਫੀ ਸਟੱਡੀ ਹੈਗੀ ਹੈ 24 ਲੱਖ ਰੁਪਏ ਸਾਲਾਨਾ ਇਨਕਰੀਸ ਕਰਨਾ 7 ਟਾਈਮਸ ਮਤਲਬ ਜੋ ਕਿ 7 ਗੁਣਾ ਜ਼ਿਆਦਾ ਹੈ ਮੋਰ ਦੈਨ ਦੀ ਅਰਲੀਅਰ ਫੀ ਵੀ ਜਿੰਨੀ ਫੀਸ ਪਹਿਲਾਂ ਸੀ ਉਹਦੀ 7 ਗੁਣਾ ਫੀਸ ਵਧਾਤੀ ਜਿਸ ਕਰਕੇ 24 ਲੱਖ ਰੁਪਏ ਸਾਲਾਨਾ ਫੀਸ ਬੰਦੀ ਹੈ ਇਜ਼ ਨੋਟ ਜਸਟੀਫਾਈਬਲ ਇਹ ਕੋਈ ਤਰਕ ਸੰਗਤ ਨਹੀਂ ਹੈ ਮਤਲਬ ਕੋਈ ਨਿਆਈ ਨਹੀਂ ਹੈ राइट जस्टिफाइल जस्टिफाइबल होंगे भी जो जस्टिस हो वे, कोई न्याय हो भी कोई जस्टिस नहीं है भी बैठे सब तो गुना फीस कोर्स गलोर्स कहनी है सुप्रीम कोर्ट ऑफ इंडिया एजुकेशन इज नॉट द बिजनेस टू अर्न प्रॉफिट एजुकेशन कोई बिजनेस नहीं है राइट right? भी जिद प्रॉफिट कमाइए कोर्ट द ट्यूशन फीस शुड ऑलवेज बी अफोर्डेबल ਜੇ ਟਿਊਸ਼ਨ ਫੀਸ ਹਮੇਸ਼ਾ ਇਕਨੋਮਿਕਲ ਹੋਣੀ ਚਾਹੀਦੀ ਹੈ ਅਫੋਰਡੇਬਲ ਹੋਣੀ ਚਾਹੀਦੀ ਹੈ ਇਟ ਸੈਡ ਇਟ ਮਤਲਬ ਜੋ ਬੈਂਚ ਹੈਗਾ ਉਹਨੇ ਕਿਹਾ ਡਿਸਮਿਸਿੰਗ ਕੈਨਸਲ ਕਰਦੇ ਹੋਏ ਨਰਾਇਣ ਮੈਡੀਕਲ ਕਾਲਜ ਪਟੀਸ਼ਨ ਜੋ ਯਾਚਿਕਾ ਸੀ ਇਸ ਕਾਲਜ ਦੀ ਚੈਲੈਂਜਿੰਗ ਦੀ ਆਂਧਰਾ ਪ੍ਰਦੇਸ਼ ਹਾਈ ਕੋਰਟਸ ਆਰਡਰ ਹੁਣ ਜੋ ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਆਰਡਰ ਦਿੱਤਾ ਸੀ ਉਹਨੂੰ ਚੈਲੰਜ ਕੀਤਾ ਸੀ ਇਸ ਕਾਲਜ ਨੇ ਰਾਈਟ ਤੇ ਐਲੀ ਕਾਲਜ ਦੀ ਜੋ ਪਟੀਸ਼ਨ ਹੈਗੀ ਇਹਨੂੰ ਕੈਨਸਲ ਕੀਤਾ ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟਸ ਆਰਡਰ ਆਰਡਰ ਕਿ ਇਸ ਸੈਟਿੰਗ ਅਸਾਈਡ ਸੈਟਿੰਗ ਅਸਾਈਡ ਹੁੰਦਾ ਹੈਗਾ ਸਾਈਡ ਤੇ ਰੱਖਤਾ ਮਤਲਬ ਇਸ ਨੂੰ ਇਗਨੋਰ ਕਰਤਾ ਵੋਇਡ ਕੀਤਾ ਦ ਗਵਰਨਮੈਂਟਸ ਡਿਸੀਜਨ ਟੂ ਇਨਹਾਂਸ ਦ ਟਿਊਸ਼ਨ ਫੀ ਆਫ ਐਮਬੀਬੀਐਸ ਸਟੂਡੈਂਟਸ ਤਾਂ ਜੋ ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਡਿਸੀਜਨ ਦਿੱਤਾ ਸੀ ਆਂਧਰਾ ਪ੍ਰਦੇਸ਼ ਦੀ ਹਾਈ ਕੋਰਟ ਨੇ ਡਿਸੀਜਨ ਕੀ ਦਿੱਤਾ ਸੀ ਵੀ ਜੋ ਗਵਰਨਮੈਂਟ ਹੈਗੀ ਆਂਧਰਾ ਪ੍ਰਦੇਸ਼ ਦੀ ਉਹਨਾਂ ਨੇ ਕਿਹਾ ਸੀ ਵੀ 7 ਗੁਣਾ ਫੀਸ ਜਿਹੜੇ ਗਿਆ ਵਧਾ ਦਿੱਤੀ ਜਾਵੇ ਰਾਈਟ ਇਹ ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਸਾਈਡ ਮਤਲਬ ਸੈਟਿੰਗ ਅਸਾਈਡ ਸਾਈਡ ਤੇ ਕਰਤਾ ਸੀ ਡਿਸੀਜਨ ਨੂੰ ਨਹੀਂ ਮੰਨਿਆ ਸੀ ਤੇ ਇਹ ਚੀਜ਼ ਨੂੰ ਜੋ ਕਾਲਜ ਹੈਗਾ ਮੈਡੀਕਲ ਕਾਲਜ ਉਹਨੇ ਚੈਲੰਜ ਕੀਤਾ ਸੀ ਵੀ ਆਂਧਰਾ ਪ੍ਰਦੇਸ਼ ਦੀ ਜੋ ਹਾਈ ਕੋਰਟ ਹੈ ਉਹਦਾ ਡਿਸੀਜਨ ਗਲਤ ਹੈਗਾ ਲੇਕਿਨ ਆਫ ਕੋਰਸ ਸੁਪਰੀਮ ਕੋਰਟ ਨੇ ਉਹਨਾਂ ਦੀ ਪਟੀਸ਼ਨ ਜੋ ਮੈਡੀਕਲ ਕਾਲਜ ਹੈਗੇ ਉਹਨਾਂ ਦੀ ਪਟੀਸ਼ਨ ਹੀ ਕੈਨਸਲ ਕਰਤੀ कि जो आंध्र प्रदेश हाई कोर्ट का डिसीजन है बिल्कुल ठीक है वही डिसीजन जो है फॉलो होगा राइट right? तो ये देवेच आपने ही देता है नेक्स्ट आपा देखिए अपन जो पॉइंट है पैराग्राफ विच की आया है नेक्स्ट लिखा गया द टॉप कोर्ट द टॉप कोर्ट टॉप कोर्ट केडी अपनी सुप्रीम कोर्ट ऑन मंडे अपहेल्ड द हाई कोर्ट्स डायरेक्शन फॉर रीफंडिंग द बैलेंस ऑफ द ट्यूशन फी अमाउंट collected under a government order dated September 6 2017 hon the the court ne evi gal kahi hai upheld kita hai barkarar rakhe supreme court de direction ki direction hai refund karo oh keh re bhi refund karo fees jehde bachaan ton zyada fees liti gayi hai bhi satt guna tusi fees badhai hai oh cheez galat hai jinna bachaan ton fees zyada leti hai aur refund karo balance unna bachaan nu right ਜਿਹੜੀ ਕਲੈਕਟ ਕੀਤੀ ਗਈ ਅੰਡਰ ਅ ਗਵਰਨਮੈਂਟਸ ਆਰਡਰ ਜਿਹੜੀ ਸੀ ਜਿਹੜਾ ਗਵਰਨਮੈਂਟ ਦਾ ਆਰਡਰ ਸੀ 6 ਸਤੰਬਰ ਨੂੰ ਦਿੱਤਾ ਐਸੀ ਵੀ ਫੀਸ 7 ਗੁਣਾ ਵਧਾਈ ਜਾਵੇ ਉਹਦੇ ਤਹਿਤ ਜੋ ਫੀਸ ਇਕੱਠੀ ਕੀਤੀ ਹੈ ਕਲੈਕਟ ਕੀਤੀ ਹੈ ਉਹਨੂੰ ਰਿਫੰਡ ਕੀਤਾ ਜਾਵੇ ਐਂਡ ਆਫਟਰ ਐਡਜਸਟਿੰਗ ਦਾ ਫੀ ਪੇਡ ਪਰਸੂਅੰਟ ਟੂ ਦੀ अर्lier ਡਿਟਰਮੀਨੇਸ਼ਨ ਐਸ ਪਰ ਅ ਆਰਡਰ ਡਿਟਰਡ ਜੂਨ 18 20 2011 ਉਹਨਾਂ ਨੇ ਲਿਖਿਆ ਵੀ ਐਡਜਸਟ ਕਰੋ ਫੀਸ ਨੂੰ ਫੀਸ ਨੂੰ ਐਡਜਸਟ ਕਰਦੇ ਫੀਸ ਨੂੰ ਐਡਜਸਟ ਕਿਹਦੇ ਨਾਲ ਕਰਨੀ ਹੈ ਜੋ अर्लीयर right? फीस ਸੀ ਜੋ ਜਿਹੜੀ ਪਹਿਲਾ ਫੀਸ ਸੀ ਪਰਸੂਇੰਟ ਟੂ ਦੀ अर्लीयर ਪਰਸੂਇੰਟ ਕੀ ਹੁੰਦਾ ਇਨ ਅਕੋਰਡੈਂਸ ਦੇ ਅਨੁਸਾਰ ਰਾਈਟ ਜੋ ਪੁਰਾਣੀ ਫੀਸ ਸੀ ਉਹਦੇ ਅਨੁਸਾਰ ਜਿਹੜੀ ਫੀਸ ਤੁਸੀਂ ਐਕਸਟਰਾ ਲਿੱਤੀ ਹੈ ਉਹਨੂੰ ਐਡਜਸਟ ਕਰੋ ਜਿਹੜਾ ਐਕਸਟਰਾ ਹੈਗਾ ਰਿਫੰਡ ਕਰੋ ਰਾਈਟ ਟੂ ਦੀ अर्लीयर ਡਿਟਰਮੀਨੇਸ਼ਨ ਡਿਟਰਮੀਨੇਸ਼ਨ ਨਾ ਵੀ ਜੋ ਪਹਿਲਾਂ ਨਿਰਧਾਰਿਤ ਕੀਤੀ ਗਈ ਸੀ ਡਿਟਰਮੀਨੇਸ਼ਨ ਹੁੰਦਾ ਨਿਰਧਾਰਿਤ ਕਰਨਾ ਫਿਕਸ ਪਹਿਲਾਂ ਕੀਤੀ ਗਈ ਸੀ ਉਹਦੇ ਅਨੁਸਾਰ ਜੋ ਹੈ ਬੱਚਾ ਨੂੰ ਫੀਸ ਰਿਫੰਡ ਕਰੋ ਹੋਲਡਿੰਗ ਥੈਟ ਇਹ ਕਹਿੰਦੇ ਹੋਏ ਮੇਨਟੇਨ ਕਰਦੇ ਹੋਏ ਥੈਟ ਦ ਕੋਲੇਜ ਮੈਨੇਜਮੈਂਟ ਕੁਡ ਨਾਟ ਬੀ ਪਰਮਿਟਡ ਬਿਕ ਕੋਲੇਜ ਦੇ ਜੋ ਮੈਨੇਜਮੈਂਟ ਆ ਉਹਨੂੰ ਪਰਮਿਟਡ ਨਹੀਂ ਹੈ ਮਤਲਬ ਉਹਨਾਂ ਨੂੰ ਅਧਿਕਾਰ ਨਹੀਂ ਹੈ ਆਗਿਆ ਨਹੀਂ ਹੈ ਟੂ ਰਿਟੇਨ ਦੀ ਅਮਾਉਂਟ ਰਿਕਵਰਡ অর ਕਲੈਕਟਡ ਪਰਸੂਐਂਟ ਟੂ ਦੀ ਇਲੀਗਲ ਗਵਰਨਮੈਂਟ ਆਰਡਰ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਵੀ ਜੋ ਕੋਲੇਜ ਹੈ ਗਿਆ ਉਹਨੂੰ ਅਧਿਕਾਰ ਨਹੀਂ ਹੈ ਪਰਮਿਟਡ ਹੁੰਦਾ ਹੈ ਕਿ ਵੀ ਉਹਨੂੰ ਅਲਾਉ ਨਹੀਂ ਕੀਤਾ ਗਿਆ ਰਿਟੇਨ ਰਿਟੇਨ ਹੁੰਦਾ ਰੋਕ ਕੇ ਰੱਖਣਾ ਜਿਹੜੀ ਫੀਸ ਨੂੰ ਐਕਸਟਰਾ ਲੇ ਕੇ ਜੋ ਗਵਰਨਮੈਂਟ ਦਾ ਆਰਡਰ ਸੀ ਸੱਤ ਗੁਣਾ ਫੀਸ ਵਧਾ ਦੋ ਜਿਸ ਕਰਕੇ ਗੌਰਮ ਮੈਡੀਕਲ ਕਾਲਜ ਨੂੰ ਐਕਸਟਰਾ ਪੈਸਾ ਬਣਿਆ ਸੀ ਉਹ ਉਹਨਾਂ ਨੂੰ ਵਾਪਸ ਕਰਨਾ ਪਊਗਾ ਇਹਨਾਂ ਨੂੰ ਅਧਿਕਾਰ ਨਹੀਂ ਹੈ ਕਾਲਜ ਵਾਲਿਆਂ ਨੂੰ ਵੀ ਜੋ ਐਕਸਟਰਾ ਪੈਸਾ ਹੈ ਉਹ ਆਪ ਦੇ ਕੋਲੇ ਰੱਖਣ ਰਾਈਟ ਔਟ ਹੈਡ ਨਾਟ ਕਮਿਟਿਡ ਐਨੀ ਐਰਰ ਇਨ ਇਸ਼ੂਇੰਗ ਸੱਚ ਡਾਇਰੈਕਸ਼ਨ सुप्रीम कोर्ट कहना भी हाई कोर्ट ने जी डायरेक्शन दिती है बिल्कुल सही है कोई गलती नहीं है बिल्कुल सही डिसीजन आंध्र प्रदेश की हाई कोर्ट ने दिता खैर काफ़ी स्ट्रिक्ट जो है शब्दावली जोड़ी हैगी है यूज़ की सुप्रीम कोर्ट ऑफ इंडिया ने राइट एंड अफकोर्स स्टूडेंट्स के बेनीफिट लिए काफ़ी मतलब अगे आई तो आना भी चाहिए से एना तो आपको काफ़ी उम्मीद होंगी सुप्रीम कोर्ट तो नैक्सट पॉइंट नैक्सट पैराग्राफ ਇਟ ਆਲਸੋ ਇੰਪੋਜ਼ਡ ਇੰਪੋਜ਼ ਹੁੰਦਾ ਹੈ ਲਾਗੂ ਕਰਨਾ ਇਟ ਆਲਸੋ ਇੰਪੋਜ਼ਡ ਅ ਕੋਸਟ ਆਫ ਰੁਪਿਸ 2.5 ਲੱਖ 2.5 ਲੱਖ ਰੁਪਿਆ ਲਗਾਇਆ ਹੈ ਲਾਗੂ ਕੀਤਾ ਹੈ ਰਾਈਟ ਥੋਪਤਾ ਈਚ ਔਨ ਦਾ ਪਟੀਸ਼ਨਰ ਕਾਲਜ ਜਿਹੜਾ ਕਾਲਜ ਹੈਗਾ ਉਹਦੇ ਉੱਪਰ ਵੀ 2.5 ਲੱਖ ਰੁਪਿਆ ਤੇ ਆਂਧਰਾ ਪ੍ਰਦੇਸ਼ ਗਵਰਨਮੈਂਟ ਉਹਨਾਂ ਦੇ ਉੱਪਰ ਵੀ 2.5 ਲੱਖ ਰੁਪਿਆ ਜਿਹੜਾ ਸੀ ਇੱਕ ਜੁਰਮਾਨਾ ਲਾਇਆ ਹੈ ਸੁਪਰੀਮ ਕੋਰਟ ਨੇ ਐਂਡ ਆਸਕ ਥੈਮ ਤੇ ਉਹਨਾਂ ਦੋਨਾਂ ਨੂੰ ਕਿਹਾ ਹੈਗਾ ਟੂ ਡਿਪੋਜ਼ਿਟ ਦੀ ਅਮਾਉਂਟ ਵਿਦ ਦਾ ਕੋਰਟਸ ਰਜਿਸਟਰੀ ਇਨ 6 ਵੀਕ ਤੇ 6 ਹਫ਼ਤਿਆਂ ਵਿੱਚ ਜਿਹੜੀ ਕੋਰਟ ਦੀ ਰਜਿਸਟਰੀ ਹੁੰਦੀ ਹੈ 6 ਹਫ਼ਤਿਆਂ ਵਿੱਚ 2.5 ਲੱਖ ਰੁਪਇਆ ਜਿਹੜਾ ਹੈਗਾ ਡਿਪੋਜ਼ਿਟ ਕਰਵਾਣ ਮੈਂ ਜਿਵੇਂ ਡਿਸਕਸ ਕਰ ਰਿਹਾ ਸੀ ਬੜਾ ਹੀ ਸਟ੍ਰਿਕਟ ਜਿਹੜਾ ਹੈਗਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਹੈ ਕਿ ਕਾਫੀ ਆਫ ਕੋਰਸ ਨਾਰਾਜ਼ਗੀ ਆਪਣੀ ਜ਼ਾਹਿਰ ਕੀਤੀ ਹੈ ਵੀ ਕੋਲਿਸ ਵਾਲਿਆਂ ਦੀ ਆਪਣੀ ਮਨਮਾਨੀ ਨਹੀਂ ਹੈ ਜਾਂ ਸਰਕਾਰ ਜਿਹੜੀ ਹੁੰਦੀ ਹੈ ਸਟੇਟ ਦੀ ਸਰਕਾਰ ਉਹਦੀ ਵੀ ਆਪਣੀ ਮਨਮਾਨੀ ਨਹੀਂ ਚੱਲੂਗੀ ਵੀ ਜਦੋਂ ਮਨ ਚਾਹੇ 7 ਗੁਣਾ ਫੀਸ ਵਧਾਤੀ ਆਫ ਕੋਰਸ ਜਸਟੀਫਾਈਬਲ ਨਹੀਂ ਹੈ ਕਾਈ ਚੀਜ਼ राइट right. तो बहुत ही इंपॉर्टेंट एक हिस्टोरिकल मैं कहूंगा एक बड़ा ही हिस्टोरिक जो है एक जजमेंट जी सुप्रीम कोर्ट की आई है नैक्सट द टॉप कोर्ट अग्रीड जो टॉप कोर्ट मतलब सुप्रीम कोर्ट अग्रीड किया विद द हाई कोर्ट आंध्र प्रदेश की दैट कंसीडरिंग द प्रोविजन ऑफ द आंध्र प्रदेश एडमिशन एंड फी रेगुलेटरी कमेटी ਕਨਸੀਡਰ ਕੀਤਾ ਵੀ ਜਿਹੜੇ ਪ੍ਰੋਵੀਜ਼ਨਸ ਹੈ ਪ੍ਰੋਵੀਜ਼ਨਸ ਮਤਲਬ ਜੋ ਰਾਈਟਸ ਹੈ ਜੋ ਕੰਡੀਸ਼ਨਸ ਰੱਖੀਆਂ ਹੋਈਆਂ ਹੈ ਰਾਈਟ ਕੇ ਦੇ ਅਨੁਸਾਰ ਆਂਧਰਾ ਪ੍ਰਦੇਸ਼ ਐਡਮਿਸ਼ਨ ਐਂਡ ਫੀ ਰੈਗੂਲੇਟਰੀ ਕਮੇਟੀ ਦੁਆਰਾ ਫॉर professionsਲ ਕੋਰਸਸ ਔਫਰਡ ਇਨ ਪ੍ਰਾਈਵੇਟ ਅਨਏਡਡ ਅਨਏਡਡ ਹੁੰਦਾ ਵੀ ਜਿਹਨੂੰ ਕੋਈ ਸਹਾਇਤਾ ਨਹੀਂ ਮਿਲਦੀ professionsl institutions ਰੂਲ 2006 ਦ ਫੀ ਕੈਨ ਨੋਟ ਬੀ ਇਨਹਾਂਸਡ ਵੀ ਫੀਸ ਜਿਹੜੇ ਹੈਗੇ ਵਾਈ ਨਹੀਂ ਜਾ ਸਕਦੀ ਇਹ ਰੂਲ ਵਿੱਚ ਲਿਖਿਆ ਹੈਗਾ ਜਿਹੜੀ ਆਂਧਰਾ ਪ੍ਰਦੇਸ਼ ਜੋ ਸਰਕਾਰ ਹੈਗੀ ਹੈ ਉਨ੍ਹਾਂ ਵਿੱਚ ਜੋ ਕਿਸੇ ਵੀ ਸਟੂਡੈਂਟ ਨੇ हायर एजुकेशन ਦੇ ਲਈ ਅਪਲਾਈ ਕਰਦਾ ਹੈਗਾ ਸਟੱਡੀ ਕਰਦਾ ਹੈਗਾ ਉਹਦੇ ਵਾਸਤੇ ਜੋ ਕਮੇਟੀ ਬਣਾਈ ਹੈਗੀ ਹੈ ਉਹਨਾਂ ਨੇ ਲਿਖਿਆ ਹੈਗਾ ਵੀ ਉਹ ਫੀਸ ਨੂੰ ਇਨਹਾਂਸ ਨਹੀਂ ਕੀਤਾ ਜਾ ਸਕਦਾ ਵਧਾਇਆ ਨਹੀਂ ਜਾ ਸਕਦਾ রাইਟ ਵਿਦਆਊਟ ਦਾ ਰეკਮੈਂਡੇਸ਼ਨਸ ਆਫ ਦਾ ਕਮੇਟੀ ਵੀ ਜਿਹੜੀ ਆ ਕਮੇਟੀ ਬਣੀ ਹੈ ਏ ਐਫ ਆਰ ਸੀ ਇਹਦੀ ਰეკਮੈਂਡੇਸ਼ਨ ਤੋਂ ਇਲਾਵਾ ਇਹਨਾਂ ਦੇ ਰეკਮੈਂਡੇਸ਼ਨਸ ਹੁੰਦੇ ਸਜੈਸਟਿਅਨਸ ਸੁਝਾਵਾਂ ਤੋਂ ਬਿਨਾ ਕੋਈ ਵੀ ਸਰਕਾਰ ਕੋਈ ਵੀ ਕਾਲਜ ਫੀਸ ਨੂੰ ਫਿਕਸ ਕਰਨਾ ਬਿਲਕੁਲ ਹਮੇਸ਼ਾ ਜਾਂ ਇਨਹਾਂਸ ਕਰਨਾ ਇਨਕਰੀਸ ਕਰਨ ਦੀ ਆਗਿਆ ਨਹੀਂ ਹੈ ਇਹਨਾਂ ਨੂੰ ਰਾਈਟ ਤੇ ਆਫਕੋਰਸ ਟੋਟਲੀ ਰੂਲ ਦੇ ਅਗੇਂਸਟ ਜੋ ਡਿਸੀਜਨ ਸੀ ਫੀਸ ਵਧਾਣ ਦਾ ਇਹਦੇ ਵਿੱਚ ਹੈ ਨੈਕਸਟ ਆਪਣਾ ਪੁਆਇੰਟ ਕੋ ਪੈਰਾਗ੍ਰਾਫ ਨਿਊਜ਼ ਬੜੀ ਇੰਪੋਰਟੈਂਟ ਹੈ ਇਸ ਲਈ ਥੋੜੀ ਜਿਹੀ ਲੰਬੀ ਵੀ ਹੈ ਇਟ ਸੈਡ ਇਟ ਮਤਲਬ ਜੋ ਬੈਂਚ ਹੈਗਾ ਸੀ ਸੁਪਰੀਮ ਕੋਰਟ ਦਾ ਕਿ ਹੈ ਬੀ ਜਿਹੜਾ ਨਿਰਧਾਰਿਤ ਕਰਨਾ ਡਿਟਰਮੀਨੇਸ਼ਨ ਆਫ ਫੀ ਔਰ ਰਿਵਿਊ राइट रिव्यू करना उन पुनर जेडी है के जांच करना ऑफ द फिश बी विद इन द पैरामीटर्स ऑफ द फिक्सेशन रूल्स एंड शैल हैव डायरेक्ट नेक्सिस ऑन द फैक्टर्स मेंशन इन रूल 4 ऑफ द रूल्स 2006 सुप्रीम कोर्ट ने ਉਨਾਂ ਦੇ ਪ੍ਰਾਇਮੇਟਰ ਜੋ ਗਰੁੱਪ ਹੈਗਾ ਜੋ ਕਮੇਟੀ ਹੈਗੀ ਹੈ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ ਪ੍ਰਾਇਮੇਟਰਸ ਹੁੰਦੇ ਆ ਵੀ ਜੋ ਉਹਨਾਂ ਦੀਆਂ ਹੱਦ ਹੈਗੀਆਂ ਉਹਨਾਂ ਦੇ ਅੰਡਰ ਆਉਂਦੀ ਹੈਗੀ ਹੈ ਰਾਈਟ ਇਹ ਜੇ ਰੂਲ ਵਿੱਚ ਲਿਖਿਆ ਨੈਕਸਸ ਹੁੰਦਾ ਹੈਗਾ ਕਨੈਕਸ਼ਨ ਵਿਚ ਡਾਇਰੈਕਟ ਕਨੈਕਸ਼ਨ ਹੈ ਬੀ ਫੀਸ ਨੂੰ ਵਧਾਣਾ ਘਟਾਣਾ ਨਿਰਧਾਰਿਤ ਕਰਨਾ ਜਾਂ ਰਿਵਿਊ ਕਰਨਾ ਇਹ ਡਾਇਰੈਕਟ ਦਾ ਕਨੈਕਸ਼ਨ ਹੈ ਨੈਕਸਸ ਹੁੰਦਾ ਹੈਗਾ ਕਨੈਕਸ਼ਨ ਹੈ ਕਮੇਟੀ ਦੇ ਨਾਲ ਰਾਈਟ ਨੈਕਸਟ ਲੋਕੇਸ਼ਨ ਆਫ ਦਾ professionnal institution ਨੇਚਰ ਆਫ ਦਾ ਪ੍ਰੋਫੈਸ਼ਨਲ ਕੋਰਸ ਕੋਸਟ ਆਫ ਅਵੇਲੇਬਲ ਇਨਫਰਾਸਟ੍ਰਕਚਰ ਐਕਸਪੈਂਡੀਚਰ ਔਨ ਐਡਮਿਨਿਸਟ੍ਰੇਸ਼ਨ ਐਂਡ ਮੇਨਟੇਨੈਂਸ ਅ ਰੀਜ਼ਨੇਬਲ ਸਰਪਲਸ ਰਿਕੁਆਇਰਡ ਫॉर ਗਰੋਥ ਐਂਡ ਡਿਵੈਲਪਮੈਂਟ ਆਫ ਦੀ ਇੰਸਟੀਟਿਊਸ਼ਨ ਉਹ ਕਹਿੰਦਾ ਵੀ ਜਿਹੜੇ ਇਹ ਜਿਹੜੇ ਚੀਜ਼ਾਂ ਦੇ ਵੀ ਪ੍ਰੋਫੈਸ਼ਨਲ ਇਨਸ ਕੋਰਸ ਕੀ ਹੈਗਾ ਪ੍ਰੋਫੈਸ਼ਨਲ ਇੰਸਟੀਟਿਊਸ਼ਨ ਹੈ ਕਿੱਥੇ ਉਹਦਾ ਕੋਸਟ ਕੀ ਹੈਗੀ ਵੀ ਜਿਹੜਾ ਇਨਫਰਾਸਟ੍ਰਕਚਰ ਦਾ ਹੋਰ ਐਕਸਪੈਂਡੀਚਰ ਖਰਚੇ ਕੀ ਐਡਮਿਨਿਸਟ੍ਰੇਸ਼ਨ ਦੇ ਐਂਡ ਮੇਨਟੇਨੈਂਸ ਜਿਹੜੇ ਖਰਚੇ ਹੈਗੇ ਆ ਇੱਕ ਰੀਜ਼ਨੇਬਲ ਜੇ ਤਾਂ ਕੋਈ ਲੌਜੀਕ ਹੋਵੇ ਸਰਪਲਸ ਇਨਕਰੀਸ ਵੀ ਉਦੋਂ ਮਾਈਂਡ ਵਿੱਚ ਰੱਖ ਦਿਓ ਇੱਕ ਥੋੜਾ ਬਹੁਤ ਜਿਹੜਾ ਇਨਕਰੀਸ ਠੀਕ ਹੈ ਸਾਲਾਨਾ ਜੋ ਜੋ ਵੀ ਇਨਕਰੀਸ ਹੈਗਾ ਉਹ ਹੋਣਾ ਚਾਹੀਦਾ ਵੀ ਲੇਕਿਨ ਇਹ ਨਹੀਂ ਵੀ ਸੱਤ ਗੁਣਾ ਬਦਾਤਾ ਇੱਕ ਦਿਨ ਰਾਈਟ ਰੀਜ਼ਨੇਬਲ ਸਰਪਲਸ ਸਰਪਲਸ ਹੁੰਦਾ ਹੈਗਾ ਇਨਕਰੀਸ ਰਿਕੁਆਇਰਡ ਜਿਹੜਾ ਜ਼ਰੂਰਤ ਹੈਗੀ ਹੈ ਫਾਰ ਗਰੋਥ ਐਂਡ ਡਿਵੈਲਪਮੈਂਟ ਆਫ ਦੀ ਇੰਸਟੀਟਿਊਸ਼ਨ ਇੰਸਟੀਟਿਊਸ਼ਨ ਦੀ ਗਰੋਥ ਐਂਡ ਡਿਵੈਲਪਮੈਂਟ ਲਈ ਜੋ ਚੀਜ਼ਾਂ ਜ਼ਰੂਰੀ ਹੈਗੀਆਂ ਜੋ ਗਰੋਥ ਜੋ ਸਰਪਲਸ ਇਨਕਰੀਸ ਰਾਈਟ ਐਂਡ ਦ ਰੈਵਨਿਊ ਫੋਰਗੋਨ ਫੋਰਗੋਨ ਹੁੰਦਾ ਅਰਲੀਅਰ ਪਹਿਲਾ ਵਾਲਾ ਰੈਵਨਿਊ ਜਿਹੜਾ ਹੈਗਾ ਔਨ ਅਕਾਊਂਟ ਆਫ ਵੇਵਰ ਆਫ ਦ ਫੀ ਅਗਰ ਔਨ ਅਕਾਊਂਟ ਆਫ ਹੁੰਦਾ ਦੇ ਕਾਰਨ ਫੋਰਗੋਨ ਹੁੰਦਾ ਜੋ ਮੈਂਸ਼ਨਡ ਹੈ ਅਰਲੀਅਰ ਜੋ ਵੇਵਰ ਹੈਗਾ ਪਹਿਲਾ ਮੈਂਸ਼ਨ ਕੀਤਾ ਹੋਇਆ ਹੈਗਾ ਫੀ ਦਾ ਮਤਲਬ ਵੇਵਰ ਹੁੰਦਾ ਮਾਫ ਕਰ ਦੇਣਾ ਇਫ ਐਨੀ ਅਗਰ ਕੋਈ ਹੈਗਾ ਇਨ ਰਿਸਪੈਕਟ ਆਫ ਸਟੂਡੈਂਟਸ belonging to the reserved category and other economically weaker sections of the society had to be taken into account it said inna ne kya hai ga bi agar koi discount bachcha nu koi scholarship scholarship waiver garapna milya right jo phone hai ga jo earlier mentioned hai ga right o vi bachche nu e chizaa mind vich rakhneya pain giya bi purani jo fees de anusar unna nu o cheez vi milni chaihdi hai e gal nahi bi seven times hogi te unna nu o cheez nahi milogi right

बैटिंग असाइड द गवर्नमेंट ऑर्डर डेटेड सितंबर 6 2017 नोट कर द होए भी जो भी फीस बदानी है रिव्यू करनी है सारा कुछ रह गया जो कमेटी किया ए एफ आर सी आंध्र प्रदेश थी है कि ये है प्रोफेशनल कोर्सेस वास्ते जो डिसाइड करू भी फीस बदनी है या उन्ही रहनी है ये सारा उन्ना दे अधिकार क्षेत्र विच आंदा है गया ते इस ਲਈ जो आंध्र प्रदेश ने डिसीजन ली आंध्र प्रदेश हाई कोर्ट ने जो डिशीजन लिता वो एबसल्यूटली जस्टिफाइड है बिल्कुल सही है सुप्रीम कोर्ट का कहना है और भी जो डिसीजन लिता उन्होंने भी क्वैश किया है तो सैटिंग असाइड साइड रखता गवर्नमेंट का डिशिजन फीस वधा डिशिजन तो पूरे आपने न्यूज में यह पता लग्या भी डिसीजन जोड़ा है क्या, बहुत ही ज्यादा इंपोर्टेंट है एंड uh, एक माइल स्टोन जोड़ा है इस्टैबलिश किया है जो अपनी सुप्रीम कोर्ट हैगी है राइट तो काफ़ी इंपोर्टेंट जो सी न्यूज़ है अपने है से हम ये आप देखिए जो वकैब दे अपने आए हैं सो वर्ड्स पहला आए हैं अफोर्डेबल अफोर्डेबल मतलब क्यों हो गया इकनोमिकल राइट right? कोई भी चीज इकनोमिकल है भी ज्यादा खर्चा नहीं है अपहेल्ड हूँ मेनटेन सैकंड फॉर्म ऑफ वर्ब है अपहोल्ड दरकरार रखे हुए मैनटेन लिख देंगे सैकंड फॉर्म वर्ब लिखी आना मैं लेकिन अपहेल्ड की है सैकंड फॉर्म है कहती अपहोल्ड की

ਜੋ ਜਸਟਿਸ ਹੈਗਾ right ਜਿਹਦੇ ਵਿੱਚ ਜਸਟਿਸ ਹੈਗਾ ਨਿਆਂ ਹੈਗੀ ਐ ਜਸਟੀਫਾਇਬਲ ਹੈਗਾ ਇਹ ਹੈਗਾ ਦੇ ਵਰਡਸ ਨੈਕਸਟ ਦੇਖੋ ਆਪਣੇ ਵਕਾਇਬ ਦੇ ਵਰਡਸ ਕਿਰੇ ਆਇਆ ਹੈ ਸੈਟਿੰਗ ਅਸਾਈਡ ਹੁੰਦਾ ਹੈ ਉਹ ਕਿਸੇ ਚੀਜ਼ ਨੂੰ ਕੈਨਸਲ ਕਰਨਾ ਕੈਨਸਲਿੰਗ ਇਹਦਾ ਆਲਮੋਸਟ ਮੀਨਿੰਗ ਆਜੂਗਾ ਕੈਨਸਲਿੰਗ ਕਰਨਾ ਸਾਈਡ ਤੇ ਰੱਖਦੇ ਹੋ ਇਗਨੋਰ ਕਰਨਾ ਪਰਸੂਇੰਟ ਮਤਲਬ ਹੋ ਗਿਆ ਇਨ ਅਕੋਰਡੈਂਸ ਦੇ ਅਨੁਸਾਰ ਇਨ ਅਕੋਰਡੈਂਸ ਵਿਦ ਪਰਸੂਐਂਟ ਦੋ ਬਾਰ ਯੂਸ ਹੋਇਆ ਹੈ ਪਰਸੂਐਂਟ ਜਿਹਦਾ ਮਤਲਬ ਹੁੰਦਾ ਹੈ ਇਨ ਅਕੋਰਡੈਂਸ ਵਿੱਚ ਦੇ ਅਨੁਸਾਰ ਡਿਟਰਮਿਨੇਸ਼ਨ ਹੁੰਦਾ ਹੈ ਕਿ ਨਿਰਧਾਰਿਤ ਕਰਨਾ ਕੋਈ ਚੀਜ਼ ਨੂੰ ਫਿਕਸਿੰਗ ਕਰਨਾ ਪਰਮਿਟਡ ਹੁੰਦਾ ਹੈਗਾ ਵੀ ਅਲਾਉਡ ਕਿਸੇ ਨੂੰ ਆਗਿਆ ਦੇਣੀ ਰੀਟੇਨ ਹੁੰਦਾ ਹੈਗਾ ਕੋਈ ਚੀਜ਼ ਨੂੰ ਹੋਲਡ ਕਰਕੇ ਰੱਖਣਾ ਰੋਕ ਕੇ ਰੱਖਣਾ ਰਾਈਟ ਇੰਪੋਜ਼ ਹੁੰਦਾ ਹੈਗਾ ਕੋਈ ਚੀਜ਼ ਲਗਾ ਦੇਣੀ ਫਾਈਨ ਇੱਥੇ ਇੰਪੋਜ਼ ਮਤਲਬ ਕੀ ਹੈ ਜੁਰਮਾਨਾ ਲਾਇਆ ਹੈ ਫਾਈਨ ਪ੍ਰੋਵੀਜ਼ਨਸ ਹੁੰਦੇ ਹੈਗੇ ਆ ਕੁਝ ਕੰਡੀਸ਼ਨਸ ਹੈ ਕੁਝ ਰਾਈਟਸ ਹੈ ਪ੍ਰੋਵੀਜਨਸ ਜੋ ਨਿਊਜ਼ਪੇਪਰ ਵਿੱਚ ਵਰਡ ਆਇਆ ਉਹਦਾ ਇਹ ਮਤਲਬ ਹੈ ਰਾਈਟ ਕੰਡੀਸ਼ਨਸ ਹੈ ਜਾਂ ਰਾਈਟਸ ਹੈ ਨਾਓ ਨੈਕਸਟ ਆਪਣਾ ਜੋ ਹੈ ਆਪਣਾ ਜੋ ਵੋਕੈਬ ਦੇ ਵਰਡਸ ਆਏ ਅੱਜ ਦੇ ਨਿਊਜ਼ ਵਿੱਚ ਉਹ ਦੇਖੇ ਕੁਇਕਲੀ ਰეკਮੈਂਡੇਸ਼ਨਸ ਹੁੰਦੇ ਸੁਝਾਅ ਸੁਝਾਅ ਜੋ ਕਮੇਟੀ ਹੈ ਉਹਨਾਂ ਦੇ ਸੁਝਾਅ ਲੈਣੇ ਚਾਹੀਦੇ ਸੀ ਇਹਨਾਂ ਨੂੰ ਸਰਕਾਰ ਨੂੰ ਅੰਦਰ ਪ੍ਰਦੇਸ਼ ਦੀ ਪੈਰਾਮੀਟਰਸ ਹੁੰਦੇ ਕਿ ਆਫਕੋਰਸ ਉਹਨਾਂ ਦੇ ਰਾਈਟਸ ਜੋ ਅਧਿਕਾਰ ਖੇਤਰ ਹੈ ਰਾਈਟ ਰਾਈਟਸ ਹੈਗੇ ਜੋ ਉਹਨਾਂ ਦੇ ਸਰਪਲਸ ਹੁੰਦਾ ਹੈ ਕਿ ਇਨਕਰੀਜ਼ ਜੋ ਇੱਕ ਜੈਨੂਨ ਸਰਪਲਸ ਹੋਣੀ ਚਾਹੀਦੀ ਹੈ ਫੋਰ ਗੋਨ ਹੁੰਦਾ अर्lier ਜੋ ਪਹਿਲਾ ਮੈਂਸ਼ਨ ਕੀਤਾ ਹੋਇਆ ਹੈਗਾ ਅਨ ਕਾਊਂਟ ਆਫ ਹੁੰਦਾ ਹੈਗਾ ਬਿਕੋਜ਼ ਆਫ ਦੇ ਕਰਕੇ ਰਾਈਟ ਓਨ ਅ ਕਾਊਂਟ ਆਫ ਕੀ ਹੁੰਦਾ ਹੈਗਾ ਬਿਕੋਜ਼ ਆਫ ਦੇ ਕਰਕੇ ਦੇ ਕਾਰਨ ਰਿਵਿਊਇੰਗ ਹੁੰਦਾ ਹੈਗਾ ਕੋਈ ਚੀਜ਼ ਨੂੰ ਦੁਬਾਰਾ ਰੀ ਹੁੰਦਾ ਦੁਬਾਰਾ ਵੀ ਹੁੰਦਾ ਦੇਖਣਾ ਕਿਸੇ ਚੀਜ਼ ਨੂੰ ਦੁਬਾਰਾ ਚੈੱਕ ਕਰਨਾ ਜਿਹਨੂੰ ਆਪਾਂ ਕਹਿ ਦਿੰਦੇ ਨੇ ਰੀ ਐਗਜ਼ਾਮੀਨੇਸ਼ਨ ਯਾ ਰੀ ਐਗਜ਼ਾਮਿਨਿੰਗ ਰੀ ਐਗਜ਼ਾਮਿਨਿੰਗ ਦੁਬਾਰਾ ਜੋ ਹੈ ਕਿਸੇ ਚੀਜ਼ ਨੂੰ ਪੰਜਾਬੀ ਅਨੁਵਾਦ ਕਰਨੀ। ਤੋਂ ਅੱਜ ਦੀ ਨਿਊਜ਼ ਆਮ ਸ਼ੋਰ ਸਮਝਾਈ ਹੋਣੀ ਹੈ। ਫਿਰ ਵੀ ਦੁਬਾਰਾ ਫਿਰ ਨਿਊਜ਼ ਨੂੰ ਦੇਖੋ ਸਮਝੋ ਜਦੋਂ ਨਿਊਜ਼ ਆ ਜਾਂਦੀ ਹੈ ਲੋ ਜੋ ਆਪਣੀ ਸਕਰੀਨ ਹੈ ਉਹਨੂੰ ਪੋਸਟ ਕਰੋ। ਖੁਦ ਟਰਾਈ ਕਰੋ ਵੀ ਇਹਦੀ ਟ੍ਰਾਂਸਲੇਸ਼ਨ ਕੀ ਬਣਦੀ ਹੈ ਤੇ ਵਕੀਬ ਦੇ ਜੋ ਵਰਡਸ ਨੇ ਯੂਜ਼ ਕੀਤੇ ਉਹਦਾ ਮਤਲਬ ਕੀ ਬਣਦਾ ਹੈਗਾ। ਮੈਂ ਤਾਂ ਆਫ ਕੋਰਸ ਟ੍ਰਾਂਸਲੇਸ਼ਨ ਤੁਹਾਨੂੰ ਡਿਸਕਸ ਸ਼ੇਅਰ ਕਰਦੇ ਕਰਦਾ ਹਾਂ। ਨਾਲ ਜੋ ਵੀ ਡਿਫਿਕਲਟ ਜੋ ਚੈਲੈਂਜਿੰਗ ਵਰਡਸ ਹੈ ਨਾਲੇ ਵਿਦ मीनिंग ਸਾਨੂੰ ਤਾਂ ਮੈਂ ਡਿਸਕਸ ਕਰਦਾ ਹੀ ਕਰਦਾ ਰਾਈਟ ਤੇ ਲੇਕਿਨ ਤੁਸੀਂ ਵੀ ਕੁਝ ਟਰਾਈ ਕਰੋ ਵੀ ਕੁਰੀ ਖੁਦ ਟਰਾਈ ਕਰੋ ਵੀ ਕੀ ਤੁਹਾਡੇ ਅਨੁਸਾਰ ਬੰਦ ਹੈ ਫਿਰ ਜਦੋਂ ਟ੍ਰਾਂਸਲੇਸ਼ਨ ਮੈਂ ਕਰਦਾ ਹਾਂ ਉਹਨੂੰ ਟੈਲੀ ਕਰੋ ਵੀ ਕਿੰਨਾ ਕੁ ਮੈਚ ਹੋ ਰਿਹਾ ਹੈਗਾ ਜਦੋਂ ਤੁਹਾਡਾ ਟੈਲੀ ਹੋਣ ਲੱਗ ਗਿਆ ਕਾਫੀ 70 80% ਟੈਲੀ ਹੋਣ ਲੱਗ ਗਿਆ 댓 मींस ਉਹਦਾ ਮਤਲਬ ਇਹ ਹੋਊਗਾ ਥੈਟ ਯੈਸ ਆਈ ਮੀਨ ਯੂ ਹੈਵ ਬਿਕਮ ਇਨਕ੍ਰੈਡੀਬਲੀ ਗੁੱਡ ਐਟ ਇੰਗਲਿਸ਼ ਲੈਂਗੁਏਜ ਤੇ ਇੰਗਲਿਸ਼ ਲੈਂਗੁਏਜ ਨੂੰ ਅੱਛੇ ਢੰਗ ਨਾਲ ਸਿੱਖਣ ਦਾ ਔਰ ਈਜ਼ੀ ਵੇ ਨਾਲ ਸਿੱਖਣ ਦਾ ਆਪਾਂ ਕਹਿੰਦੇ ਆ ਬਹੁਤ ਸਾਰੇ ਸਟੂਡੈਂਟ ਕਹਿੰਦੇ ਸਰ ਵੋਕੈਬ ਦੇ ਵਰਡਸ ਪਤਾ ਨਹੀਂ ਕਿੱਥੋਂ ਆ ਜਾਂਦੇ ਜੀ ਸਿਨੋਨਿਮਸ ਆਉਂਦੇ ਆ ਐਂਟੋਨਿਮਸ ਆਉਂਦੇ ਆ ਐਂਡ ਕਿੱਥੋਂ ਆ ਜਾਂਦੇ ਉਹ ਆਉਂਦੇ ਆ ਨਿਊਜ਼ਪੇਪਰ ਵਿੱਚੋਂ ਜੋ ਰੋਜ਼ਾਨਾ ਨਿਊਜ਼ਪੇਪਰ ਹੈ ਜਿਵੇਂ ਦ ਟ੍ਰਿਬਿਊਨ ਹੈ ਦ ਹਿੰਦੂ ਹੈ ਦ ਇੰਡੀਅਨ ਐਕਸਪ੍ਰੈਸ ਹੈ ਉਹਨਾਂ ਵਿੱਚ ਜੋ ਸ਼ਬਦ ਯੂਜ਼ ਹੁੰਦੇ ਆ ਉਹਨਾਂ ਵਿੱਚੋਂ ਹੀ ਸ਼ਬਦ ਲਏ ਜਾਂਦੇ ਆ ਸਿਨੋਨਿਮਸ ਐਂਡ ਐਂਟੋਨਿਮਸ ਵਾਸਤੇ ਇੰਗਲਿਸ਼ ਦੇ ਪੇਪਰ ਹੈ ਚਾਹੇ ਉਹ ਪੰਜਾਬ ਦਾ ਪੇਪਰ ਆਪਣਾ ਚਾਹੇ ਉਹ ਬੈਂਕਿੰਗ ਦਾ ਪੇਪਰ ਐ ਐਸਐਸਸੀ ਦਾ ਪੇਪਰ ਕੋਈ ਵੀ ਪੇਪਰ ਹੈ ਜਿਹਦੇ ਵਿੱਚ ਵਕਾਇਬ ਦੇ ਕੁਐਸਚਨਸ ਆਉਂਦੇ ਆ ਉਹ ਇਸ ਤਰ੍ਹਾਂ ਇਸ ਨਿਊਜ਼ ਜੋ ਜੋ ਆਪਣੇ ਪੀਸਸ ਆਫ ਨਿਊਜ਼ ਹੁੰਦੀ ਹੈ ਉਹਨਾਂ ਤੋਂ ਹੀ ਲਿੱਤੇ ਜਾਂਦੇ ਆ ਐਂਡ ਆਮ ਸ਼ੋਰ ਅੱਜ ਦੀ ਜੋ ਵੀਡੀਓ ਹੈ ਤੁਹਾਨੂੰ ਅੱਛੇ ਲੱਗੀ ਹੋਣੀ ਹੈ ਫਿਰ ਵੀ ਕਮੈਂਟ ਜ਼ਰੂਰ ਕਰੋ ਪਸੰਦ ਆਏ ਜੋ ਜ਼ਰੂਰ ਪਸੰਦ ਕਰੋ ਲਾਈਕ ਕਰੋ ਕਮੈਂਟ ਕਰੋ ਨਾ ਪਸੰਦ ਆਏ ਤਾਂ ਵੀ ਕਮੈਂਟ ਕਰੋ ਵੀ ਕੀੜੀ ਗੱਲ ਪ੍ਰੋਬਲਮ ਆਈ ਤੁਹਾਨੂੰ ਸੋ ਥੈਟ ਆਪਾਂ ਉਸ ਪ੍ਰੋਬਲਮ ਨੂੰ ਦੂਰ ਕਰੀਏ ਨੈਕਸਟ ਕਲਾਸੇ ਪਰਪਸ ਜਿਵੇਂ ਮੈਂ ਦੱਸਿਆ ਇਕੋ ਹੀ ਹੈ ਕੁਝ ਸਿੱਖਣਾ ਕੁਝ ਸ਼ੇਅਰ ਕਰਨਾ ਰਾਈਟ ਥੈਂਕਸ ਅ ਲੋਟ ਫਰਮ ਕਪਿਲ ਇੰਸਟੀਚਿਊਟ ਬਠਿੰਡਾ ਤੇ ਹੋਪ ਜਲਦੀ ਹੀ ਆਪਾਂ ਮਿਲਦੇ ਆਪਣੀ ਨੈਕਸਟ ਵੀਡੀਓ ਨਾਲ ਥੈਂਕ ਯੂ ਥੈਂਕਸ ਅ ਲੋਟ